हार का कारण की मानते हो? बंगाल के दसया जा रहा है कि 25 साल जो मोदी जी ने राज करना है, पर निराशा थानू उत्थों मिली है बंगाल तो, किमें देखते हो कमी कितने रह गई? बंगाल के नतीजों तो पूरी तरह संतुष्ट है। 3 सीटों वाली पार्टी अज 77 सीटा जित के उत्थे मुख विरोधी धिर बन गई है। हमले का दोष किस ते तुसी लांदे हो? सीधा सीधा ममता बनर्जी के उत्ते दोष है, जिहड़ी उकसा रही सी भीड़ नूं कि इलैक्शन हो जाए दो, सेंट्रल फोर्सेज नूं जा लैण दो, फिर देखांगे। जिहड़ा खेला होवे कहिंदे सी, इही खेडा सी, खून की खेल खेलना चाहते सीगे। एक पासे देश करोना करके मर रहा है, दूजे पासे थानूं लगदा बंगाल दे विच चोणां कराउणी जरूरी सी? इलैक्शन कमीशन ने कराई पर विरोध नहीं किया बीजेपी ने, बिल्कुल किसी पार्टी ने किया नहीं। चलो देश के प्रधानमंत्री से उन्होंने मेन फर्ज बनता जी कि लोगों को बचाना, पर किमें देखते हो अर्थव्यवस्था देश की? दसया जा रहा कई लोगों का दोष है, कहते कि 73 साल हो गए आजाद हुए, जो सानू अज भी पाकिस्तान तो भूटान तो होर कई तो मदद मंगनी पवे तो किमें दी, कहता कि इतने विकास होया। कई लोगों का यह भी दोष है, कहता कि जदों बंगाल के चोणा सी उस टाइम करोना सो रहा उस टाइम बंगाल च नहीं गया, कहता कि जदों बंगाल के बीजेपी की हार हुई है उस तो बाद जाके लॉकडाउन भी लगाए जा रहे हैं, कहता कि महामारी को दसया जा रहा है कि हुण पूरे तरीके नाल वध गई है। तो कोई प्राइम मिनिस्टर नहीं लगा रहे इस बारी, पिछली बार सारे पार्टियां ने रौला पाया कि PM ने देखो जी लॉकडाउन ला के बड़ा गलत काम किया, पाया कि नहीं पाया? राहुल गांधी ट्वीट करता सी मारता गरीबां नूं, इस बार प्रधानमंत्री ने की किया? सब स्टेट गवर्नमेंट्स मुख्यमंत्रियों को अधिकार है अपनी अपनी स्टेट का फैसला आप करन। कन दस्या जा रहा है कहिंदा जी बचाण दा प्रधानमंत्री जी नूं इन्ना उह हुंदा, कहिंदा किसानां नूं कहिंदा हुण तक उह बिल रद्द करके घर नूं भेज दिंदे महामारी तों बच जांदे, उत्थे जाके भी कहिंदा जी दिल्ली दे बॉर्डर ते बैठे ने। कि बिल जरूरी ने जां फिर करोना महामारी जरूरी है? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਪਿਛਲੇ ਦਿਨੀ ਬੰਗਾਲ ਦੀਆਂ ਚੋਣਾਂ ਹੋ ਕੇ ਹਟੀਆਂ ਨੇ, 2 ਮਈ ਨੂੰ ਰਿਜ਼ਲਟ ਆਇਆ ਜਿਸ ਦੇ ਵਿੱਚ ਕਿ ਮਮਤਾ ਬੈਨਰਜੀ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਜੇਤੂ ਕਰਾਰ ਤੋਂ ਬਾਅਦ BJP ਦੇ ਦਫ਼ਤਰ ਦੇ ਉੱਤੇ ਹਮਲਾ ਹੁੰਦਾ ਹੈ, ਉਸਦੇ ਰੋਸ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ BJP ਵਰਕਰ ਅਤੇ BJP ਆਗੂਆਂ ਵੱਲੋਂ ਸੰਕੇਤ ਜਿਹੜਾ ਧਰਨਾ ਦਿੱਤਾ ਗਿਆ ਹੈ। ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਭਾਵੇਂ ਕਰੋਨਾ ਮਹਾਮਾਰੀ ਚੱਲ ਰਹੀ ਹੈ ਤਾਂ ਉਸਨੂੰ ਦੇਖਦੇ ਹੋਏ ਦੂਰ ਦੂਰ ਜਿਹੜੀ ਗਾਦੀ ਦੂਰੀ ਕਰਕੇ ਖੜ੍ਹੇ ਹੋਏ ਨੇ ਵਰਕਰ, ਇਹਨਾਂ ਲਿਮਿਟਡ ਦੇ ਹੀ ਬੁਲਾਏ ਨੇ ਕਿ ਕਿਸੇ ਤਰੀਕੇ ਦੇ ਵੀ ਅਸੀਂ ਕਰੋਨਾ ਮਹਾਮਾਰੀ ਨੂੰ ਸੱਦਾ ਨਹੀਂ ਦੇਣਾ, ਆਪਣਾ ਰੋਸ ਪ੍ਰਗਟ ਕਰਨਾ ਹੈ। ਅਤੇ ਸਾਡੇ ਨਾਲ ਇੱਥੋਂ ਦੇ ਆਗੂ ਨੇ ਸਰ, ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ? ਸੁਭਾਸ਼ ਸ਼ਰਮਾ। ਅਤੇ ਅੱਜ ਦਾ ਜਿਹੜਾ ਸੰਕੇਤ ਧਰਨਾ, ਇਹਦਾ ਕੀ ਮਤਲਬ ਹੈ? ਜਿਸ ਪ੍ਰਕਾਰ ਦੀ ਹਿੰਸਾ ਬੰਗਾਲ 'ਚ ਹੋ ਰਹੀ ਹੈ, ਜਿਸ ਪ੍ਰਕਾਰ ਦਾ ਹੱਤਿਆਵਾਂ BJP ਦੇ ਕਾਰਿਆਕਰਤਾਵਾਂ ਦੀਆਂ, ਉਹਨਾਂ ਦੀਆਂ ਮਹਿਲਾਵਾਂ ਨਾਲ ਦੁਰਵਿਵਹਾਰ, BJP ਦੇ ਦਫ਼ਤਰਾਂ ਨੂੰ ਅੱਗ ਲਾਈ ਜਾ ਰਹੀ ਹੈ, BJP ਕਾਰਿਆਕਰਤਾਵਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ, ਉਹਦੇ ਖਿਲਾਫ਼ ਅੱਜ ਪੂਰੇ ਹਿੰਦੁਸਤਾਨ 'ਚ ਕਰੋੜਾਂ BJP ਦੇ ਕਾਰਿਆਕਰਤਾ ਕੋਵਿਡ ਦਾ ਪਾਲਣ ਕਰਦੇ ਹੋਏ ਨਿਯਮਾਂ ਦਾ ਆਪਣੇ ਆਪਣੇ ਘਰਾਂ ਦੇ ਬਾਹਰ, ਦਫ਼ਤਰਾਂ ਦੇ ਬਾਹਰ ਜਿਹੜਾ ਉਹ ਸੰਕੇਤਿਕ ਧਰਨਾ ਦੇ ਰਹੇ ਨੇ, ਤਾਂ ਕਿ ਲੋਕਤੰਤਰ ਨੂੰ ਬਚਾਇਆ ਜਾ ਸਕੇ ਔਰ ਮਮਤਾ ਬੈਨਰਜੀ ਦੀ ਆਤਮਾ ਨੂੰ ਜਗਾਇਆ ਜਾ ਸਕੇ ਕਿ ਉਹ ਰਾਜ ਧਰਮ ਦਾ ਪਾਲਣ ਕਰਨ। ਅਤੇ ਕਈ ਲੋਕਾਂ ਦਾ ਇਹ ਕਹਿਣਾ, ਕਹਿੰਦਾ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ BJP ਦਫ਼ਤਰ 'ਤੇ ਜਿੱਤ ਤੋਂ ਬਾਅਦ ਹਮਲਾ ਹੋਏ। ਫਿਰ ਐਸੇ ਲੋਕਾਂ ਨੂੰ ਚੱਕ ਕੇ ਉੱਥੇ ਦੇਖਣਾ ਚਾਹੀਦਾ ਹੈ, ਉਹਨਾਂ ਨੂੰ ਜਾ ਕੇ ਉਸ ਅਭਿਜੀਤ ਸਰਕਾਰ ਦੀ ਮਾਂ ਨੂੰ ਮਿਲਣਾ ਚਾਹੀਦਾ ਜਿਹਦਾ 27 ਸਾਲ ਦਾ ਮੁੰਡਾ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਐਸੇ 10 ਕਾਰਿਆਕਰਤਾਵਾਂ ਦੇ ਘਰਾਂ 'ਚ ਕੱਲ੍ਹ ਨੱਡਾ ਜੀ ਗਏ ਨੇ ਸਾਡੇ ਕੌਮੀ ਪ੍ਰਧਾਨ, ਮੀਡੀਆ ਉਹਨਾਂ ਦੇ ਮਾਵਾਂ ਭੈਣਾਂ ਨੂੰ ਜਾ ਕੇ ਮਿਲਣਾ ਚਾਹੀਦਾ, ਫਿਰ ਉਹਨਾਂ ਨੂੰ ਸ਼ਾਇਦ ਯਕੀਨ ਆ ਜਾਏ। ਪਰ BJP ਵਾਲਿਆਂ 'ਤੇ ਪਹਿਲਾਂ ਮਮਤਾ ਬੈਨਰਜੀ ਨੇ ਦੋਸ਼ ਲਾਏ ਸੀ ਜਾਂ ਲੋਕਾਂ ਨੇ ਵੀ ਦੋਸ਼ ਲਾਏ, ਕਹਿੰਦਾ ਕਿ ਮਮਤਾ ਬੈਨਰਜੀ 'ਤੇ ਹਮਲਾ ਵੀ ਕਹਿੰਦਾ BJP ਨੇ ਕਰਾਇਆ? ਅਤੇ ਮਮਤਾ ਬੈਨਰਜੀ ਦੀ ਸਰਕਾਰ ਆ ਉੱਥੇ 'ਤੇ, ਜੇ BJP ਦੇ ਲੋਕਾਂ ਨੇ ਹਮਲਾ ਕਰਾਇਆ ਉਹ ਕੇਸ ਦਰਜ ਕਰੇ ਤੇ ਸਜ਼ਾ ਦੇ, ਕਿਉਂ ਨਹੀਂ ਕੇਸ ਦਰਜ ਕਰ ਰਹੇ? ਉਹ ਉਹਨਾਂ ਦੀ ਸਰਕਾਰ ਹੈ, ਉਹਨਾਂ ਨੂੰ ਉਹ ਤਾਂ ਪੁਲਿਸ ਨੂੰ ਕਹਿਣ ਇਨਵੈਸਟੀਗੇਸ਼ਨ ਕਰਨ, ਜਿਹਨੇ ਹਮਲਾ ਕੀਤਾ ਉਹਨੂੰ ਫੜ ਕੇ ਅੰਦਰ ਦੇਣ, ਅਸੀਂ ਆਪ ਉਹਨੂੰ ਕੱਢਾਂਗੇ ਪਾਰਟੀ 'ਚੋਂ। ਇਹ ਸਭ ਡਰਾਮਾ। ਮਮਤਾ ਬੈਨਰਜੀ ਜਿਸ ਪ੍ਰਕਾਰ ਦੀ ਹਿੰਸਾ ਬੰਗਾਲ 'ਚ ਹੋ ਰਹੀ ਹੈ ਪੂਰੀ ਦੁਨੀਆ ਦੇਖ ਰਹੀ ਹੈ। ਕੋਈ ਬੇਵਕੂਫ਼ ਘੱਟਕ ਵਾਲੇ ਨਹੀਂ ਮੰਨਣਾ ਚਾਹੁੰਦਾ, ਨਾ ਮੰਨਣ, ਵੀਡੀਓ ਚੱਲਣਾ ਅਤੇ ਵੀਡੀਓਜ਼ ਆ ਰਹੀਆਂ ਹਜ਼ਾਰਾਂ ਦੀ ਭੀੜ ਕਿਵੇਂ ਘਰਾਂ 'ਚ ਘੁਸ ਕੇ ਅੱਗ ਲਗਾ ਰਹੀ ਹੈ, ਨਹੀਂ ਮੰਨਣਾ ਚਾਹੁੰਦੇ ਤਾਂ ਕੋਈ ਇਲਾਜ ਨਹੀਂ ਹੈ। ਹਾਰ ਦਾ ਕਾਰਨ ਕੀ ਮੰਨਦੇ ਹੋ? ਬੰਗਾਲ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 25 ਸਾਲ ਜਿਹੜਾ ਮੋਦੀ ਜੀ ਨੇ ਰਾਜ ਕਰਨਾ ਹੈ, ਪਰ ਨਿਰਾਸ਼ਾ ਤੁਹਾਨੂੰ ਉੱਥੋਂ ਮਿਲੀ ਹੈ ਬੰਗਾਲ ਤੋਂ, ਕਿਵੇਂ ਦੇਖਦੇ ਹੋ ਕਮੀ ਕਿੱਥੇ ਰਹਿ ਗਈ? ਸਾਨੂੰ ਕੋਈ ਨਿਰਾਸ਼ਾ ਨਹੀਂ ਮਿਲੀ ਬੰਗਾਲ ਤੋਂ, ਅਸੀਂ ਬੰਗਾਲ ਦੇ ਨਤੀਜਿਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। 3 ਸੀਟਾਂ ਵਾਲੀ ਪਾਰਟੀ ਅੱਜ 77 ਸੀਟਾਂ ਜਿੱਤ ਕੇ ਉੱਥੇ ਮੁੱਖ ਵਿਰੋਧੀ ਧਿਰ ਬਣ ਗਈ ਹੈ, ਔਰ ਜਿਹੜੇ ਮੁੱਖ ਵਿਰੋਧੀ ਧਿਰ ਸੀਗੇ ਕਾਂਗਰਸ ਅਤੇ ਕਾਂਗਰਸ ਉਹ ਇਕੱਠੇ ਹੋ ਕੇ ਵੀ 1 ਸੀਟ 'ਤੇ ਰਹਿ ਗਏ ਨੇ, ਸਾਡੇ ਲਈ ਸੰਤੁਸ਼ਟੀ ਵਾਲੀ ਗੱਲ ਹੈ। ਅਸੀਂ ਬੰਗਾਲ ਦੇ ਕਿਲੇ ਦੀਆਂ ਨੀਹਾਂ ਹਿਲਾਤੀਆਂ, ਜਿੱਤਣਾ ਬਾਕੀ ਹੈ। ਹਮਲੇ ਦਾ ਦੋਸ਼ ਕਿਸ 'ਤੇ ਤੁਸੀਂ ਲਾਉਂਦੇ ਹੋ? ਸਿੱਧਾ ਸਿੱਧਾ ਮਮਤਾ ਬੈਨਰਜੀ ਦੇ ਉੱਤੇ ਦੋਸ਼ ਹੈ, ਜਿਹੜੀ ਉਕਸਾ ਰਹੀ ਸੀ ਭੀੜ ਨੂੰ ਕਿ ਇਲੈਕਸ਼ਨ ਹੋ ਜਾਂਦੋ, ਸੈਂਟਰਲ ਫੋਰਸਿਸ ਨੂੰ ਜਾ ਲੈਣ ਦੋ, ਫਿਰ ਦੇਖਾਂਗੇ। ਇਹ ਜਿਹੜਾ ਖੇਲਾ ਹੋਵੇ ਕਹਿੰਦੇ ਸੀ, ਇਹੀ ਖੇਡ ਆ ਸੀ, ਇਹ ਖੂਨ ਦੀ ਖੇਲ ਖੇਲਣਾ ਚਾਹੁੰਦੇ ਸੀਗੇ।
ਉਹਨੂੰ ਲੱਗਦਾ ਕਿ ਜ਼ਬਰਦਸਤ ਤਰੀਕੇ ਨਾਲ ਜਾਂ ਇਦਾਂ ਦੀ ਲਾਅ ਐਂਡ ਆਰਡਰ ਸਥਿਤੀ ਨੂੰ ਖਰਾਬ ਕਰਕੇ ਜਿੱਤਿਆ ਗਈ ਹੈ ਇਹ ਚੋਣ? ਬਿਲਕੁਲ ਡਰਦਾ ਮਾਹੌਲ ਤੇ ਬੰਗਾਲ ਚ ਹੈ। ਮੈਂ ਤਾਂ ਬੰਗਾਲ ਜਾ ਕੇ ਆਇਆ ਡੇਢ ਮਹੀਨਾ, ਇੰਨੀ ਡਰ ਇੰਨੀ ਦਹਿਸ਼ਤ ਮੈਂ ਤਾਂ ਕਦੀ ਦੇਖੀ ਨਹੀਂ ਹੈ। 150 ਤੋਂ ਜ਼ਿਆਦਾ ਕਾਰਜਕਰਤਾਵਾਂ ਦੀਆਂ ਹੱਤਿਆਵਾਂ ਪਿਛਲੇ ਇੱਕ ਸਾਲ 'ਚ ਬੀਜੇਪੀ ਦੀਆਂ ਹੋਈਆਂ, ਲੇਕਿਨ ਇਹ ਡਰ ਦਾ ਮਾਹੌਲ ਖਤਮ ਹੋਏਗਾ, ਇਹ ਆਤੰਕ ਜ਼ਰੂਰ ਖਤਮ ਹੋਏਗਾ। ਬੀਜੇਪੀ ਉੱਥੇ ਹੁਣ ਤਗੜੀ ਹੋ ਕੇ ਉੱਭਰ ਰਹੀ ਹੈ। ਤੁਸੀਂ ਦੇਖਣਾ ਆਉਣ ਵਾਲੇ ਦਿਨਾਂ 'ਚ ਮਮਤਾ ਬੈਨਰਜੀ ਦੀ ਹਰ ਲੋਕ ਵਿਰੋਧੀ ਨੀਤੀ ਦੇ ਖਿਲਾਫ ਸੰਘਰਸ਼ ਹੋਏਗਾ। ਇੱਕ ਪਾਸੇ ਦੇਸ਼ ਕਰੋਨਾ ਕਰਕੇ ਮਰ ਰਿਹਾ, ਦੂਜੇ ਪਾਸੇ ਤੁਹਾਨੂੰ ਲੱਗਦਾ ਬੰਗਾਲ ਦੇ ਵਿੱਚ ਚੋਣਾਂ ਕਰਾਉਣੀਆਂ ਜ਼ਰੂਰੀ ਸੀ? ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੀਦਾ ਜੀ, ਅਸੀਂ ਤਾਂ ਨਹੀਂ ਕਰਾਈਆਂ, ਤਾਂ ਇਲੈਕਸ਼ਨ ਕਮਿਸ਼ਨ ਨੇ ਕਰਾਈਆਂ। ਪਰ ਵਿਰੋਧ ਨਹੀਂ ਕੀਤਾ ਬੀਜੇਪੀ ਨੇ? ਬਿਲਕੁਲ ਨਹੀਂ, ਕਿਸੇ ਪਾਰਟੀ ਨੇ ਵੀ ਨਹੀਂ ਵਿਰੋਧ ਕੀਤਾ, ਕਿਸੇ ਪਾਰਟੀ ਨੇ ਕੀਤਾ? ਨਹੀਂ, ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਦਾ ਮੇਨ ਫਰਜ਼ ਬਣਦਾ ਜੀ ਕਿ ਲੋਕਾਂ ਨੂੰ ਬਚਾਉਣਾ ਹੈ। ਰਾਜ ਹੈ, ਐਸਾ ਹੈ, ਇਲੈਕਸ਼ਨ ਕਮਿਸ਼ਨ ਦੇਸ਼ ਦੀ ਸੁਤੰਤਰ ਸੰਸਥਾ ਹੈ, ਉਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਹੈ। ਕੱਲ੍ਹ ਨੂੰ ਤੁਸੀਂ ਕਹੋ ਸੁਪਰੀਮ ਕੋਰਟ ਨੂੰ ਤੁਸੀਂ ਕਿਉਂ ਨਹੀਂ ਕਿਹਾ? ਇਲੈਕਸ਼ਨ ਕਮਿਸ਼ਨ, ਸੁਪਰੀਮ ਕੋਰਟ, ਇਹ ਦੇਸ਼ ਦੀਆਂ ਸੰਵਿਧਾਨਿਕ ਵਿਵਸਥਾਵਾਂ ਨੇ। ਇਹਨਾਂ ਨੇ ਜੋ ਨਿਰਣੇ ਲਿਆ ਸਭ ਪਾਰਟੀਆਂ ਨੇ ਲਿਆ, ਸਭ ਪਾਰਟੀਆਂ ਨੇ ਚੋਣਾਂ ਲੜਿਆ। ਕਿਹੜੀ ਪਾਰਟੀ ਜਿਹਨੇ ਉੱਥੇ ਚੋਣਾਂ ਨਹੀਂ ਲੜਿਆ? ਕਿਹੜੀ ਪਾਰਟੀ ਜਿਹਨੇ ਉੱਥੇ ਕੈਂਪੇਨ ਨਹੀਂ ਕੀਤੀ? ਇਸ ਕਰਕੇ ਜਦੋਂ ਚੋਣਾਂ ਹੋਈਆਂ ਉਦੋਂ ਇਸ ਪ੍ਰਕਾਰ ਦੇ ਹਾਲਾਤ ਵੀ ਨਹੀਂ ਸੀਗੇ, ਹਾਲਾਤ ਕਾਫੀ ਠੀਕ ਹੋ ਗਏ ਸੀ। ਮੈਨੂੰ ਇੱਕ ਗੱਲ ਦੱਸੋ, ਮਹਾਰਾਸ਼ਟਰ 'ਚ ਤਾਂ ਚੋਣਾਂ ਨਹੀਂ ਸੀਗੀਆਂ, ਸਭ ਤੋਂ ਪਹਿਲਾਂ ਮਹਾਂਮਾਰੀ ਕਿੱਥੇ ਫੈਲੀ ਹੈ? ਸਭ ਤੋਂ ਜ਼ਿਆਦਾ ਕੇਸ ਅੱਜ ਵੀ ਕਿੱਥੇ ਆ ਰਹੇ ਨੇ? ਮਹਾਰਾਸ਼ਟਰ 'ਚ ਆ ਰਹੇ ਨੇ। ਉਸ ਤੋਂ ਬਾਅਦ ਕਿੱਥੇ ਆ ਰਹੇ ਨੇ? ਦਿੱਲੀ 'ਚ ਆ ਰਹੇ ਨੇ, ਉੱਥੇ ਕੋਈ ਚੋਣਾਂ ਹੈ? ਇਸ ਕਰਕੇ ਸਿਰਫ ਇੱਕ ਹਾਂ, ਇਸ ਕਰਕੇ ਉੱਤੇ ਸਿਰਫ ਨਹੀਂ ਕਰ ਸਕਦੇ, ਉਹ ਇਲੈਕਸ਼ਨ ਕਮਿਸ਼ਨ ਦਾ ਕੰਮ। ਪਰ ਕਿਵੇਂ ਦੇਖਦੇ ਹੋ ਅਰਥ ਵਿਵਸਥਾ ਨੂੰ ਦੇਸ਼ ਦੀ? ਨੂੰ ਦੱਸਿਆ ਜਾ ਰਿਹਾ, ਕਈ ਲੋਕਾਂ ਦਾ ਦੋਸ਼ ਹੈ, ਕਹਿੰਦੇ ਕਿ 73 ਸਾਲ ਹੋ ਗਏ ਆਜ਼ਾਦ ਹੋਏ, ਜੇ ਸਾਨੂੰ ਅੱਜ ਵੀ ਪਾਕਿਸਤਾਨ ਤੋਂ, ਭੂਟਾਨ ਤੋਂ, ਹੋਰ ਕਈਆਂ ਤੋਂ ਮਦਦ ਮੰਗਣੀ ਪਵੇ ਤਾਂ ਕਿਵੇਂ ਦੀ? ਕਹਿੰਦਾ ਕਿ ਇੱਥੇ ਵਿਕਾਸ ਹੋਇਆ ਇੰਡੀਆ ਦੇ ਵਿੱਚ। ਅਸਾਂ ਮੂਰਖਾਂ ਦਾ ਕੋਈ ਜਵਾਬ ਦੇਣ ਦਾ ਫਾਇਦਾ ਨਹੀਂ ਹੁੰਦਾ। ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੁਨੀਆ 'ਚ ਅਮਰੀਕਾ ਤੋਂ ਵਿਕਸਿਤ ਦੇਸ਼ 'ਤੇ ਕੋਈ ਨਹੀਂ ਹੈ। ਹਿੰਦੁਸਤਾਨ ਅਮਰੀਕਾ ਜਿੰਨਾ ਵਿਕਸਿਤ ਹੋ ਗਿਆ ਨਹੀਂ ਹੋਇਆ ਨਾ। ਕਰੋਨਾ ਦੀ ਮਹਾਂਮਾਰੀ ਜਦੋਂ ਕੋਵਿਡ ਆਈ ਹੈ, ਪੂਰੀ ਦੁਨੀਆ ਨੇ ਅਮਰੀਕਾ ਨੂੰ ਮਦਦ ਕੀਤੀ ਔਰ ਅਮਰੀਕਾ ਨੇ ਮਦਦ ਲਈ ਹੈ। ਅਸੀਂ ਵੀ ਵੈਕਸੀਨ ਭੇਜੇ ਆ ਅਮਰੀਕਾ ਨੂੰ, ਅਸੀਂ ਦੁਨੀਆ ਦੇ ਸਭ ਵਿਕਸਿਤ ਦੇਸ਼ਾਂ ਨੂੰ ਵੈਕਸੀਨ। ਉਹ ਬਈ ਮਹਾਂਮਾਰੀ ਹੈ, ਅਮਰੀਕਾ 'ਚ ਹਿੰਦੁਸਤਾਨ ਨਾਲੋਂ ਜ਼ਿਆਦਾ ਲੋਕ ਮਰੇ ਨੇ, ਅਮਰੀਕਾ ਦੀ ਆਬਾਦੀ ਸਾਡੇ ਨਾਲੋਂ 4 ਗੁਣਾ ਘੱਟ ਹੈ, ਮਰਨ ਵਾਲਿਆਂ ਦੀ ਗਿਣਤੀ ਸਾਡੇ ਨਾਲੋਂ ਜ਼ਿਆਦਾ ਹੈ। ਫਿਰ ਇਸ ਕਰਕੇ ਇਹ ਅਸੀਂ ਮੂਰਖਾਂ ਦੀ ਗੱਲ ਦਾ ਕੋਈ ਜਵਾਬ ਨਹੀਂ, ਇੱਕ ਮਹਾਂਮਾਰੀ ਹੈ, ਇੱਕ ਵਾਇਰਸ ਐਸਾ ਆਇਆ ਜਿਹਦਾ ਕੋਈ ਮੁਕਾਬਲਾ ਨਹੀਂ ਕਰ ਪਾ ਰਿਹਾ। ਅਸੀਂ ਤਾਂ ਫਿਰ ਵੀ ਬਾਕੀ ਦੇਸ਼ਾਂ ਨਾਲੋਂ ਚੰਗੀ ਤਰ੍ਹਾਂ ਮੁਕਾਬਲਾ ਕਰ ਰਹੇ ਹਾਂ। ਪਰ ਕਈ ਲੋਕਾਂ ਦਾ ਇਹ ਵੀ ਦੋਸ਼ ਹੈ, ਕਹਿੰਦਾ ਕਿ ਜਦੋਂ ਬੰਗਾਲ ਦੇ ਵਿੱਚ ਚੋਣਾਂ ਸੀ ਉਸ ਟਾਈਮ ਕਰੋਨਾ ਸੋ ਰਿਹਾ ਸੀ, ਉਸ ਟਾਈਮ ਬੰਗਾਲ 'ਚ ਨਹੀਂ ਗਿਆ। ਕਹਿੰਦਾ ਕਿ ਜਦੋਂ ਬੰਗਾਲ ਦੇ ਵਿੱਚ ਬੀਜੇਪੀ ਦੀ ਹਾਰ ਹੋਈ ਹੈ, ਉਸ ਤੋਂ ਬਾਅਦ ਜਾ ਕੇ ਲੋਕਡਾਊਨ ਵੀ ਲਗਾਏ ਜਾ ਰਹੇ ਨੇ। ਕਹਿੰਦਾ ਕਿ ਮਹਾਂਮਾਰੀ ਨੂੰ ਦੱਸਿਆ ਜਾ ਰਿਹਾ ਕਿ ਹੁਣ ਪੂਰੇ ਤਰੀਕੇ ਨਾਲ ਵੱਧ ਗਈ ਹੈ। ਇਹ ਤਾਂ ਮੈਂ ਤੁਹਾਨੂੰ ਦੱਸਿਆ ਨਾ, ਮੂਰਖਾਂ ਦੀ ਕੋਈ ਗੱਲ ਦਾ ਜਵਾਬ ਨਹੀਂ ਹੈਗਾ। ਜਦੋਂ ਬੰਗਾਲ 'ਚ ਚੋਣਾਂ ਹੋ ਰਹੀਆਂ ਸੀ, ਮੈਨੂੰ ਦੱਸੋ ਬੰਗਾਲ 'ਚ ਕਿੰਨੇ ਕੇਸ ਸੀ, ਮਹਾਰਾਸ਼ਟਰ 'ਚ ਕਿੰਨੇ ਕੇਸ ਸੀ ਉਸ ਵੇਲੇ? ਮਹਾਰਾਸ਼ਟਰ 'ਚ ਤਾਂ ਉਸ ਵੇਲੇ 50,000 ਕੇਸ ਪਹੁੰਚ ਗਿਆ ਸੀਗਾ। ਉਸ ਵੇਲੇ ਮਹਾਰਾਸ਼ਟਰ ਲੋਕਡਾਊਨ ਕੋਈ ਪ੍ਰਾਈਮ ਮਿਨਿਸਟਰ ਨਹੀਂ ਲਗਾ ਰਹੇ ਇਸ ਵਾਰੀ। ਪਿਛਲੀ ਵਾਰੀ ਇਹ ਸਾਰੇ ਪਾਰਟੀਆਂ ਨੇ ਰੌਲਾ ਪਾਇਆ ਕਿ PM ਨੇ ਦੇਖੋ ਜੀ ਲੋਕਡਾਊਨ ਲਾ ਕੇ ਬੜਾ ਗਲਤ ਕੰਮ ਕੀਤਾ। ਪਾਇਆ ਕਿ ਨਹੀਂ ਪਾਇਆ? ਰਾਹੁਲ ਗਾਂਧੀ ਟਵੀਟ ਕਰਦਾ ਸੀ ਮਾਰਤਾ ਗਰੀਬਾਂ ਨੂੰ, ਇਸ ਵਾਰ ਪ੍ਰਧਾਨ ਮੰਤਰੀ ਨੇ ਕੀ ਕਿਹਾ? ਸਭ ਸਟੇਟ ਗਵਰਨਮੈਂਟਸ, ਮੁੱਖ ਮੰਤਰੀਆਂ ਨੂੰ ਅਧਿਕਾਰ ਹੈ ਆਪਣੀ ਆਪਣੀ ਸਟੇਟ ਦਾ ਫੈਸਲਾ ਆਪ ਕਰਨ। ਕਹਿਤਾ ਨਾ, ਹੁਣ ਲੋਕਡਾਊਨ ਕਿੰਨੇ ਲਾਉਣਾ? ਸਟੇਟਾਂ ਨੇ ਲਾਉਣਾ, CM ਸਾਹਿਬ ਨੇ ਲਾਉਣਾ, ਹਰਿਆਣੇ ਨੇ ਲਾਤਾ, ਕੈਪਟਨ ਨੇ ਅੱਧਾ ਲਾਇਆ, ਪੂਰਾ ਲਾ ਦੇਗਾ। ਫੈਸਲਾ ਕਰੋ ਨਾ, ਲਓ ਜ਼ਿੰਮੇਵਾਰੀ। ਹੁਣ ਕਹਿ ਰਹੇ ਨਹੀਂ ਪੂਰਾ ਲੋਕਡਾਊਨ ਲਓ। ਇਸ ਕਰਕੇ ਇਹਨਾਂ ਦਾ ਕੰਮ ਹੀ ਇਹ ਹੈ। ਇਸ ਕਰਕੇ ਸੋਰੀ ਪ੍ਰਧਾਨ ਮੰਤਰੀ ਨੇ ਕਿਹਾ ਚੀਫ ਮਿਨਿਸਟਰ ਸ਼ੁੱਡ ਟੇਕ ਦਾ ਡਿਸੀਜ਼ਨ। ਜੇ ਲੋਕਾਂ ਨੂੰ ਦੱਸਿਆ ਜਾ ਰਿਹਾ, ਕਹਿੰਦਾ ਜੇ ਬਚਾਉਣ ਦਾ ਪ੍ਰਧਾਨ ਮੰਤਰੀ ਜੀ ਨੂੰ ਇੰਨਾ ਉਹ ਹੁੰਦਾ, ਕਹਿੰਦਾ ਕਿਸਾਨਾਂ ਨੂੰ, ਕਹਿੰਦਾ ਹੁਣ ਤੱਕ ਉਹ ਬਿੱਲ ਰੱਦ ਕਰਕੇ ਘਰ ਨੂੰ ਭੇਜ ਦਿੰਦੇ, ਮਹਾਂਮਾਰੀ ਤੋਂ ਬਚ ਜਾਂਦੇ। ਉੱਥੇ ਜਾ ਕੇ ਵੀ ਕਹਿੰਦਾ ਜੀ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ, ਜੇ ਮਹਾਂਮਾਰੀ ਵੱਧਦੀ ਹੈ ਤਾਂ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਬੈਠੇ ਨੇ, ਤਾਂ ਕਹਿੰਦਾ ਕਿ ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਹੋ ਸਕਦੀ ਹੈ। ਤੁਹਾਨੂੰ ਲੱਗਦਾ ਕਿ ਬਿੱਲ ਜ਼ਰੂਰੀ ਨੇ ਜਾਂ ਫਿਰ ਕਰੋਨਾ ਮਹਾਂਮਾਰੀ ਜ਼ਰੂਰੀ ਹੈ? ਕੇਂਦਰ ਸਰਕਾਰ ਨੇ ਤਾਂ ਬਿੱਲ 1.5 ਸਾਲ ਲਈ ਮੁਲਤਵੀ ਕਰਨ ਦੀ ਆਫਰ ਵੀ ਦੇ ਦਿੱਤੀ ਸੀ, ਲਾਗੂ ਹੀ ਨਹੀਂ ਹੋਣੇ। ਸਰਕਾਰ ਨੇ ਕਹਿੰਦਾ ਨਹੀਂ ਲਾਗੂ ਕਰਾਂਗੇ, ਕੀ ਬਚਿਆ? ਬੈਠਾਂਗੇ, ਦੁਬਾਰਾ ਕਾਨੂੰਨ ਬਣਾ ਲਾਂਗੇ। ਇਹ ਤਾਂ ਪੋਲੀਟੀਕਲ ਮਹੱਤਵਾਕਾਂਕਸ਼ਾ ਕਰਕੇ ਲੋਕਾਂ ਨੂੰ ਬਿਠਾਇਆ ਉੱਥੇ, ਇਹਨਾਂ ਨੂੰ ਕਿਸਾਨ ਯੂਨੀਅਨ ਦੇ ਨੇਤਾ ਨੂੰ MSP ਲਿਖ ਕੇ ਦਿੰਦੇ, ਸਾਰਾ ਕੁਛ ਇਹਨਾਂ ਨੂੰ ਕਹਿਤਾ। ਕਣਕ ਵਿਕਰੀ ਹੈ ਨਾ MSP 'ਤੇ, ਇਹ ਰੌਲਾ ਪਾਉਂਦੇ ਸੀ ਕਿਸਾਨਾਂ ਦੇ ਖਾਤੇ ਸਿੱਧੀ ਪੇਮੈਂਟ ਨਾ ਪਾਓ ਜੀ, ਬੜਾ ਨੁਕਸਾਨ ਹੋ ਜਾਣਾ। ਮੋਦੀ ਨੇ ਕਿਹਾ ਨਹੀਂ ਮੈਂ ਪਾਊਂਗਾ। ਪੰਜਾਬ 'ਚ 17,000 ਕਰੋੜ ਰੁਪਇਆ ਪਿਛਲੇ ਇੱਕ ਮਹੀਨੇ ਕਿਸਾਨਾਂ ਦੇ ਖਾਤੇ 'ਚ ਪਾਇਆ, ਇੱਕ ਕਿਸਾਨ ਖੜਾ ਕਰਕੇ ਹੱਥ ਕਹੇ ਮੈਨੂੰ ਨੁਕਸਾਨ ਹੋ ਗਿਆ, ਹੋਇਆ ਨੁਕਸਾਨ? ਇਸ ਕਰਕੇ ਸਿਰਫ ਭਰਮ ਫੈਲਾਉਂਦੇ ਨੇ, ਝੂਠ ਬੋਲਦੇ ਨੇ। ਇਸ ਭਰਮ ਝੂਠ ਨੂੰ ਬੰਦ ਕਰਨ, ਕਿਸਾਨਾਂ ਨੂੰ ਠੀਕ ਰਸਤਾ ਦਿਖਾਉਣ, ਜਿੱਦਾਂ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਦਾ ਫਾਇਦਾ ਹੋ ਰਿਹਾ, ਕਾਨੂੰਨਾਂ ਦਾ ਵੀ ਫਾਇਦਾ ਹੋਏਗਾ। ਨਹੀਂ ਤਾਂ ਅਸੀਂ ਮੁਲਤਵੀ ਵੀ ਕਰ ਰਹੇ ਹਾਂ, ਉਹਦੇ ਬਾਅਦ ਬੈਠ ਕੇ ਬਣਾਵਾਂਗੇ। ਆਪਣੀ ਪੋਲੀਟੀਕਲ ਮੁੱਖ ਮੰਤਰੀ ਬਣਨ ਦੀ ਲਾਲਸਾ ਕਿਸਾਨ ਯੂਨੀਅਨ ਦੇ ਨੇਤਾ ਨੂੰ ਛੱਡਣੀ ਪੈਣੀ ਹੈ। ਮੁੱਦੇ 'ਤੇ ਨਵਾਂਗਰਾਉਂ ਤੋਂ ਦੀਪ ਢਿੱਲੋਂ, ਜਿਹੜੇ BJP ਦੇ ਸਰਗਰਮ ਆਗੂ ਨੇ, ਮੰਡਲ ਦੇ ਪ੍ਰਧਾਨ ਵੀ ਰਹੇ ਨੇ ਵਿੱਚ,
महिलावां नाल, हुण ममता बनर्जी एक महिला ने, फिर भी उन्होंने महिलावां दी दुख नहीं समझे, उन्होंने बलात्कार करवाया। मैं सीधे तौर पर यह इल्जाम ममता बनर्जी ते लाना भी उन्होंने इशारे नाल ही होया। देखो जिथे असीं उन्होंने बधाई दिंदे मुख्यमंत्री बनन दी, उत्थे असीं संकेतिक धरने के थ्रू थोड़े माध्यम नाल ये वार्निंग भी दिंदे भी ये जो सब काम हो रहा। देखो कोई भी सरकार होवे, लोकतंत्र च जिथे हरेक बंदे नूं सरकार बनाने का हक है, उत्थे हर सरकार का यह भी फर्ज बनता भी उत्थों के लोग चाहे उन्होंने तृणमूल नूं वोट पाई या नहीं पाई, उन्होंने जान माल की राखी करे। जान माल की राखी वास्ते संकेतिक धरना, जे उन्होंने सानू कोई विश्वास ना दवाया तो असी अगे जो भी कार्रवाई होएगी वो आपकी हाईकमांड साड़ी जो भी देंगे दिशा निर्देश से असी करांगे। दफ्तर के हमले तो सोशल मीडिया से कई वायरल हो रही गल्ला कि बीजेपी ने अपने दफ्तर से आप ही हमला कराया। देखो ये कदे भी नहीं हो सकता कोई आपके घर अग लाए, ये कदे भी नहीं होंगे। पर जे कोई कहता भी अग लाई आप, सरकार उत्थे तृणमूल कांग्रेस की है, उन्होंने किने रोकया? उन्होंने बंदे नूं फड़ के कार्रवाई करे। जे थोनू लगता भी गलत असी कुछ कर रहे हैं, सरकार उन्हां दी है ते उह जे मर्जी कार्रवाई कर सकते, उन्होंने वेलकम है इस गल का। पर किसी ते झूठे इल्जाम ला के झूठी कार्रवाई करना ये कोई मतलब नहीं बनता। एक पासे बंगाल दे विच चोणां चल रहीयां सी, दूजे पासे लोक मर रहे सी, लोकां दा ये दोष सी कि प्रधानमंत्री जी नूं चोणां जरूरी है जां लोकां दी जिंदगी जरूरी है, तां कहिंदे कि राजा साडा वोटां दे अधीन हो गया, लोकां दी जान दी माल दी राखी नहीं कर रहा। देखो मैं फिर कह रहा भी जिहड़ी जान माल दी राखी है वह सरकार का कम है, स्टेट गवर्नमेंट का कम है, उत्ते जिहड़ी भी स्टेट गवर्नमेंट है उहदा फर्ज बनता तो उहनूं करनी चाहीदी है। प्रधानमंत्री दा विरोध नहीं होया कोई चोणां दा? देखो जिहड़ा चोणां दा विरोधियां दा कम विरोध करना ही हुंदा, वह भावें कित जो जी मर्जी स्थिति हो, साफ सुथरी है तो भी विरोध करना उन्होंने फर्ज है तो कर। हूँ किमें देखते हो कि आर्थिक व्यवस्था किधर न जा रही है, बचा लेंगे प्रधानमंत्री जी साढ़े लोगों, क्योंकि लगातार मौतों के गिणती हो रही है, हस्पताल मोटे पैसे बटोर रहे हैं, लाशों के भी शमशान घाटा के जगह नहीं मिल रही, तो लगता है कि जिस तरीके बाहरों मदद मंगा पै रही है तो अपना देश किस वल जा रहा है, इस तो कित ज़्यादा सत्तर नहीं गिर जाएगा अर्थव्यवस्था का कि देश का? देखो इस चीज़ का बहुत दुख है भी जो महामारी पंजाब से चल रही है। हुण तुसी प्रधानमंत्री जी ने जो पिछे बिना सोए तुसी ये यकीन थोनू दवाना भी कोविड के खिलाफ जंग लड़ रहे हैं, तो कितने तो पहला कोई महामारी आती सी ते भारत बाहरों चीज़ा मंगाता सी, ये थोनू फकर होना चाहिए भी साढ़े इंजैक्शन बाहरों जा रहे हैं, असीं बाहर भेजते पर हुण कमी इत्थे आ रही है, ऑक्सीजन बाहरों मंगानी पै रही है। देखो बिल्कुल कोई कमी नहीं आ रही, जिथे कोई किसी ने कोई गलत किया निश्चित तौर पर कार्रवाई प्रधानमंत्री जी करनी है। तो हुण जे थोनू इंसाफ नहीं मिलता जिहड़ा हमला होया उस तो बाद अगला कदम की है, थोड़ी पार्टी ने की कदम चकनगे? ओके मैं थोड़ा इशारा समझदा, तुसीं राष्ट्रपति राज वाल इशारा कर रहे हो, असीं बिल्कुल राष्ट्रपति राज दे हक च नहीं, ये निश्चित तौर पर थोनू यकीन दवा दिंदा, असीं लोकतंत्र विश्वास रखते हैं, लोकतंत्र के तहत लोगों ने तृणमूल कांग्रेस को वोटा पाईया और राज करन, पर जे उस स्थिति नहीं समझते उन्होंने की हाल होना चाहिए तुसी दस दिओ। बिल्कुल तो तुसी देख सकते हो सन बीजेपी के जिहड़े आगू ने अज संकेत धरना दिता गया दफ्तरां के बाहर पूरे भारत के विच, जे वो हमला बीजेपी के दफ्तर से होया उसके विरोध के विच हर बीजेपी का वर्कर दफ्तर के बाहर निकल के सोशल डिस्टेंस का ध्यान रख के एक संकेत जिहड़ा धरना दिता गया, तो इन्होंने सीधा सीधा दोष लाया है ममता बनर्जी ते कि साडे जिहड़े दफ्तर ते हमला ममता बनर्जी ने कराया, तो जे हुण आने वाले दिनों में दस्सिया कि जे सानू इंसाफ नहीं मिलता जो भी साडी पार्टी का हुक्म होएगा उस मुताबिक अगला कदम चुकांगे, तो आने वाले दिनों देखते हैं कि किन्ना कु हुण बीजेपी के दफ्तर ते होए हमले का बीजेपी नूं इंसाफ मिलता है। थोड़े नाल कैमरामैन कर शर्मा दे नाल हरतेज सिंह तेजी, HN1 न्यूज़ चंडीगढ़।